वार्निंग ਤਾਂ ਦਿੱਤੀ ਸੀਗੀ ਵੀ ਇੱਧਰ ਭਾਲੂ ਤੇ ਸ਼ੇਰ ਆਮ ਹੀ ਘੁੰਮਦੇ ਨੇ ਏ ਹਾਏ ਵਧੀਆ ਕੀ ਵਿਊ ਹੈ ਭਾਈ ਆ ਦੇਖੋ ਜੀ ਚਮਤਕਾਰ ਪਾਣੀ ਪਤਾ ਨਹੀਂ ਕਿੱਥੋਂ ਆ ਰਿਹਾ ਚਲੋ ਪਹਾੜਾਂ 'ਚ ਪਾਣੀ ਜਿਵੇਂ ਰਿਸਦਾ ਰਹਿੰਦਾ ਨਾ ਅਸੀਂ ਫਿਲਹਾਲ ਆਏ ਹਾਂ ਗੜੀਆ ਇਹ ਅੰਦਰ ਇਹ ਨਾ ਜੰਗਲ ਹੈ ਜੰਗਲ ਦੇ ਵਿੱਚੋਂ ਰਾਹ ਹੋ ਕੇ ਇੱਕ ਮੰਦਿਰ ਹੈ ਸ਼ਿਵ ਜੀ ਦਾ ਅਤੇ ਮਤਲਬ ਇਹ ਫੋਟੋ ਤਾਂ ਬਣੀ ਹੈ ਵੀ ਇੱਥੇ ਨੋਰਮਲੀ ਘੁੰਮਦੇ ਰਹਿੰਦੇ ਨੇ ਜਾਨਵਰ ਮੈਂ ਤਾਂ ਕਲਾ ਤਾਂ ਸੋਈ ਹੋ ਗਿਆ ਦੇਖ ਕੇ ਮੈਂ ਐਵੇਂ ਘੁੰਮ ਗਿਆ ਤੇ ਦੇਖਿਆ ਸੀਗਾ ਨਾ ਦੇਖਿਆ ਤਾਂ ਨਹੀਂ ਮੈਂ ਉਹ ਐਂ ਕਹਿੰਦੇ ਨਹੀਂ ਕਹਿੰਦੇ ਐਂ ਘੁੰਮਦੇ ਨੇ ਅੰਦਰ ਪਰ ਤਾਂ ਕਹਿ ਨਹੀਂ ਪਰ ਜਾਨਵਰ ਦਾ ਕੀ ਪਤਾ ਹੁੰਦਾ ਸਾਰੇ ਪੱਥਰ ਹੀ ਪੱਥਰ ਹੈ ਏ ਟੂ ਜੈਡ ਪੱਥਰ ਹੀ ਪੱਥਰ ਬੱਲੇ ਕਿਆ ਵਿਊ ਹੈ ਬਾਈ ਸਰਾ ਓਏ ਹੋਏ 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 ਸਿਰਾ ਲਾਇਆ ਪਿਆ ਕੰਮ ਲਓ ਜੀ ਅਸੀਂ ਪਹੁੰਚ ਗਏ ਹਾਂ ਕੋਟੇ ਦੀ ਮਸ਼ਹੂਰ ਜਗ੍ਹਾ 'ਤੇ ਜਿਹੜੀ ਸਭ ਤੋਂ ਮਸ਼ਹੂਰ ਹੈ ਉਹ ਕੀ ਨਾਮ ਸੀ ਇਹਦਾ ਗਰਾੜੀਆ ਮਹਾਦੇਵ ਓਕੇ ਬਹੁਤ ਉੱਚਾਈ ਹੈ ਇਹ ਹੈਗੀ ਚੰਬਲ ਨਦੀ ਪਤਾ ਸਾਹਮਣੇ ਦੇਖ ਸਕਦੇ ਹੋ ਬਾਕੀ ਵੱਟੇ ਵੱਟੇ ਹਰ ਪਾਸੇ ਵੈਲਕਮ ਗਾਇਸ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਆਏ ਹਾਏ ਜਦੋਂ ਅਸੀਂ ਐਂਟਰ ਕੀਤੇ ਨੇ ਇੱਥੇ ਦਿਲ ਦੇ ਵਿੱਚ ਤੱਕ ਤੱਕ ਹੋ ਰਹੀ ਸੀ ਵੀ ਕਿਤੇ ਕੋਈ ਦਿਖ ਨਾ ਜਾਵੇ ਜਾਨਵਰ ਜਿਵੇਂ ਪੁਲਿਸ ਵਾਲਿਆਂ ਨੇ ਕਿਹਾ ਪਰ ਨਹੀਂ ਦਿਖਿਆ ਬਹੁਤ ਹੀ ਵਧੀਆ ਗੱਲ ਹੋਈ ਨਹੀਂ ਤਾਂ ਇੱਥੇ ਸਾਨੂੰ ਰਾਹ 'ਚ ਵਾਪਸ ਮੁੜਨਾ ਪੈਣਾ ਸੀ ਸਹੀ ਹੈ ਜਿਸ ਹਿਸਾਬ ਨਾਲ ਉਹਨੇ ਡਰਾਇਆ ਸੀਗਾ ਵਾਰਨਿੰਗ ਤਾਂ ਦਿੱਤੀ ਸੀਗੀ ਵੀ ਇੱਧਰ ਭਾਲੂ ਅਤੇ ਸ਼ੇਰ ਆਮ ਹੀ ਘੁੰਮਦੇ ਨੇ ਪਰ ਇੰਨੀ ਵੈਸੇ ਲੱਗਦਾ ਨਹੀਂ ਵੀ ਇੰਨੀ ਪਥਰੀਲੀ ਜਗ੍ਹਾ 'ਤੇ ਆਉਂਦੇ ਹੋਣਗੇ ਬਾਕੀ ਇਹ ਜਗ੍ਹਾ ਬਹੁਤ ਸੋਹਣੀ ਆ ਮੈਂ ਇੱਥੇ ਫੋਟੋ ਸ਼ੇਅਰ ਕਰਦਾ ਤੁਸੀਂ ਦੇਖ ਲਿਓ ਮਤਲਬ ਉਹਨਾਂ ਨੇ ਬਿਲਕੁਲ ਉੱਪਰੋਂ ਪੂਰੇ ਵਾਈਡ ਐਂਗਲ ਫੋਟੋ ਲਈ ਹੋਈ ਆ ਹਾਏ ਹਾਏ ਕੀ ਬਾਤ ਹੈ ਬਈ ਕੀ ਬਾਤ ਹੈ ਬਾਕੀ ਚੀ ਟਰਾਈ ਕਰਕੇ ਦੇਖਦੇ ਹਾਂ ਬਈ ਬੱਟਾ ਛੱਡਦੇ ਹਾਂ ਕਿਉਂਕਿ ਇਹ ਦੇਖਣ ਨੂੰ ਐਡੀ ਦੂਰ ਆ ਨਾ ਇਹ ਆ ਦਿੰਦੀ ਆ ਹੁਣ ਚੰਗੀ ਤਰ੍ਹਾਂ ਤੇ ਆ ਲੈ ਇੱਥੇ ਗਾਣੇ ਦੀ ਵੀ ਸ਼ੂਟਿੰਗ ਹੋਈ ਹੈ ਨਾ ਉਹਦੀ ਵੀ ਪ੍ਰਾਕ ਦੀ ਮਨ ਭਰਿਆ ਆ ਜੀ ਉਹ ਯਾਰ ਬਹੁਤ ਡੂੰਘਾ ਕੰਮ ਆ ਦੇਖ ਨਹੀਂ ਹੁੰਦਾ ਇਹ ਬਈ ਉਹ ਮੰਦਿਰ ਹੈ ਮਸ਼ਹੂਰ ਦਾ ਤਾਂ ਪਤਾ ਨਹੀਂ ਦੇਖੋ ਇੱਧਰ ਇਹ ਆਏ ਵਧੀਆ ਦੱਸੀਏ ਹੁਣ ਕੀ ਬਿਆਨ ਕਰੀਏ ਕੁਛ ਬਿਆਨ ਕਰਨ ਵਾਲਾ ਹੈ ਨਹੀਂ ਗਗਨ ਬਹੁਤ ਵਧੀਆ ਜਗ੍ਹਾ ਲੈ ਕੇ ਆਇਆ ਯਾਰ ਬਹੁਤ ਵਧੀਆ ਜਗ੍ਹਾ ਲੈ ਕੇ ਆਇਆ ਮੈਨੂੰ ਐਂ ਲੱਗਦਾ ਜਿਵੇਂ ਸੁਪਨੇ 'ਚ ਆਇਆ ਹੋਇਆ ਇੱਥੇ ਠੀਕ ਹੈ ਜਿੱਦਾਂ ਨਾ ਸੀਨ ਜਿਹੜਾ ਮੈਨੂੰ ਐਂ ਲੱਗ ਰਿਹਾ ਕਦੇ ਆ ਗਿਆ ਹੁਣ ਕਦੇ ਭੁੱਲ ਭੁਲੇਖੇ ਆ ਜਾ ਸੀਨ ਜ਼ਰੂਰੀ ਨਹੀਂ ਕਿੱਥੇ ਆਇਆ ਹੂੰ ਅੱਜ ਦਾ ਦਿਨ ਵਸੂਲ ਹੋ ਗਿਆ ਬਈ ਆਪਣਾ ਸ਼ਾਬਾਸ਼ ਸ਼ਾਬਾਸ਼ ਥੈਂਕ ਯੂ ਪ੍ਰਾਊਡ ਆਫ ਯੂ ਹਾਂ ਬਈ ਥੱਕ ਗਿਆ ਅੱਜ ਤਾਂ ਨਹੀਂ ਥੱਕੇਗਾ ਪ੍ਰਾਊਡ ਆਫ ਮੀ ਮਾਈ ਗਗਨ ਕੋਈ ਨਾ ਪੁੱਛੋ ਲਿਆ ਤਾਂ ਆਹੀ ਮੰਦਿਰ ਹੈ ਉਹਦੇ ਮੋਰ ਬੈਠੇ ਹੋਊਗਾ ਯਾਰ 2-250 ਫੁੱਟ ਹੋਊਗਾ ਇੱਥੇ ਡੂੰਘਾ ਆਪਾਂ ਇੱਥੇ ਬੈਠੇ ਸੀਗੇ ਆਹ ਪੱਥਰ ਤੇ ਉਹਦੇ ਮੋਰ ਬੈਠਾ ਥੋੜਾ ਜਿਹਾ
ਬਚਪਨ ਚ ਟੱਲੀ ਮਾਰਨ ਦਾ ਬੜਾ ਸ਼ੌਂਕ ਹੁੰਦਾ ਸੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਉਹ ਆ ਪਾਣੀ ਕਿੱਧਰੋਂ ਆ ਰਿਹਾ? ਪੈਪ ਲਾਈ ਹੋਣੀ ਆ। ਅੱਛਾ, ਇਹ ਆਪਣੇ ਪਾ ਰਿਹਾ ਪਾਣੀ? ਰੱਬ ਜਾਣਦਾ ਹੈ, ਰੱਬ ਜਾਣਦਾ ਹੈ ਕਿ ਕਿੱਥੋਂ ਆ ਰਿਹਾ, ਬਾਕੀ ਆ ਰਿਹਾ ਜੀ। ਅੱਛਾ ਜੀ, ਆ ਦੇਖੋ ਜੀ ਚਮਤਕਾਰ ਪਾਣੀ, ਪਤਾ ਨਹੀਂ ਕਿੱਥੋਂ ਆ ਰਿਹਾ। ਚਲੋ ਪਹਾੜਾਂ 'ਚ ਪਾਣੀ ਜਿਵੇਂ ਰਿਸਦਾ ਰਹਿੰਦਾ ਨਾ, ਆ ਵੀ ਪਾਣੀ ਐਂ ਜਮ੍ਹਾਂ ਹੋਇਆ ਜੀ। ਕਮਾਲ ਦੀ ਗੱਲ ਹੈ ਯਾਰ, ਆ ਕਿਵੇਂ ਰਿਸੀ ਜਾਂਦਾ ਪਾਣੀ, ਠੰਡਾ ਕਿੰਨਾ ਦੇਖਿਆ, ਪਤਾ ਲੱਗਿਆ ਸਾਫ਼ ਹੋਊਗਾ। ਓਏ ਹੋਏ ਹੋਏ, ਉਹ ਵਾਹ ਮੋਰ ਯਾਰ, ਆਹ ਦੇਖੋ ਯਾਰ ਕਿੰਨਾ ਹੈ ਕੁਦਰਤ। ਬਸ ਕੁਦਰਤ ਦੇ ਨਜ਼ਾਰੇ ਨੇ ਇਹ, ਪਾਣੀ ਕਿਸੇ ਨੂੰ ਨੀ ਪਤਾ ਕਿੱਧਰੋਂ ਆ ਰਿਹਾ। ਇਟ ਵਾਜ਼ ਅ ਗ੍ਰੇਟ ਐਕਸਪੀਰੀਅੰਸ ਬਈ। ਇੱਕ ਵਾਰ ਤਾਂ ਸਾਡੇ ਪਿੰਡ ਜੀ ਜਾ ਰਹੇ ਨਾ ਹੈਲਮਟ ਪਾ ਕੇ, ਤੇ ਸ਼ੇਰ ਤੋਂ ਬਚ ਰਹੇ ਨੇ ਪਿੰਡ ਤੋਂ ਵੀ। ਉਹ ਆਹ ਘੁੰਮੀ ਜਾਂਦੀ ਹਾਲੇ ਦੁਆਲੇ, ਉਹ ਬੈਠ ਗਈ ਸੀ ਇੱਕ ਵਾਰ ਤਾਂ ਫਿਰੀ ਜਾਂਦੀ ਹੈਗੀ ਆ। ਉਹ ਰੁਮਾਲ ਦੋ, ਰੁਮਾਲ ਡੂਬਣੇ ਦੀ ਮੱਕੀ ਭਜਨ ਮਗਰ ਪੈ ਗਈ ਸੀ। ਇੱਕ ਵਾਰ ਪੰਡਿਤ ਦੇ ਸਾਡੇ ਤਰਾਹ ਕੱਢਤੇ, ਕਹਿੰਦਾ ਜੀ ਤੁਹਾਨੂੰ ਇੱਥੇ ਕਿਤੇ ਸ਼ੇਰ ਦੇਖੇ ਨਾ ਉਹਦੇ ਮੂਹਰੇ ਨਾ ਜਾਇਓ। ਮੈਂ ਕਿਹਾ ਲਓ ਬਾਈ ਚੱਲੀਏ, ਇੱਥੇ ਹੁਣ ਆਪਣਾ ਰਹਿਣ ਦਾ ਬਣਦਾ ਨਹੀਂ। ਸਾਹ ਚੜ ਗਿਆ, ਡੁੰਬਣਾ ਮਿੱਛੇ ਪੈ ਗਿਆ ਸੀ, ਪਿੱਛੇ ਮਿੱਛੇ ਨਹੀਂ ਪਿੱਛੇ। ਉਹ ਫਿਰ ਫਿਰਦੀਆਂ ਨੇ ਨਾ, ਉਹ ਫਿਰ ਰਹੀ ਆ, ਇੱਕ ਫਿਰ ਰਹੀ ਆ, ਉਹ ਖਿੱਚੋ ਇੱਕ ਫਿਰ ਰਹੀ ਆ। ਪਿੰਡਾਂ ਤੋਂ ਪਿੱਛਾ ਛੜਾ ਕੇ ਅਸੀਂ, ਪਿੰਡਾਂ ਤੋਂ ਨਹੀਂ ਡੁੰਬਣੇ ਤੋਂ, ਪਿੰਡਾਂ ਸੀਗੀਆਂ ਉਹ ਡੁੰਬਣਾ ਸੀ। ਉਹ ਦੇਖਿਆ ਮੈਂ ਖੱਖਰ ਬਹੁਤ ਵੱਡਾ ਲੱਗਿਆ। ਚੱਲ ਕੋਈ ਨੀ, ਮਸਾਂ ਅਸੀਂ ਬਚਦੇ ਬਚਾਉਂਦੇ, ਅਸੀਂ ਹਾਂ ਆਪਣੇ ਮੂੰਹ ਬਚਾਉਂਦੇ, ਜਾਨ ਬਚਾਉਂਦੇ। ਉਹ ਸੱਚੀ ਪਿੱਛੇ ਪੈ ਗਿਆ ਸੀ, ਬਸ ਥੋੜਾ ਭਜਾ ਲਿਓ ਬਾਹਰ ਰੋਡ ਤੇ ਜਾ ਕੇ। ਵੀ ਆ ਵਿਊ ਦੇਖੋ, ਜੰਗਲ ਜਮਾ ਹੀ ਜੰਗਲ, ਭਾਲੂ ਤੇ ਸ਼ੇਰ ਦਾ ਖਤਰਾ ਗੇਟ ਤੱਕ। ਯੇ ਹੈ ਹਰਸ਼, ਯੇ ਹੈ ਗਗਨ, ਔਰ ਯੇ ਹੈ ਮੈਂ, ਔਰ ਯੇ ਹਮ ਸਕੂਟੀ ਚਲਾ ਰਹੇ ਹਾਂ। ਕਿਲਾ ਆ ਕਹਿੰਦੇ, ਜੋ ਪਾਣੀ ਨੀਵਾਂ ਹੋਇਆ ਕਿਲਾ ਨਿਕਲ ਆਉਂਦਾ ਬਾਹਰ ਉਹਦੇ। ਉਹ ਸਾਹਮਣੇ ਕਿਲਾ ਆ ਬਈ, ਕਿਹੜੇ ਰਾਜੇ ਦਾ, ਕਿਹੜੇ ਰਾਜੇ ਦਾ? ਸਿਰਫ ਅਜੂਬਾ ਇੱਕ ਉਹ ਆ ਤੇ ਇੱਕ ਤਾਜ ਮਹਿਲ ਆ ਬਸ, ਉਹ ਤਾਂ ਅਜੂਬਾ ਹੀ ਹੈ ਨੀਗਾ ਯਾਰ। ਆ ਬਹੁਤ ਸੋਹਣੀ ਵਧੀਆ ਚੀਜ਼ ਬਣਾਈ ਹੋਈ ਆ। ਆ ਲੋ ਜੀ ਸਟੈਚੂ ਆਫ ਲਿਬਰਟੀ ਯਾਰ, ਇਹਨੂੰ ਕੀ ਕਹਿੰਦੇ ਸੀ, ਲੀਨਿੰਗ ਟਾਵਰ ਆਫ ਪੀਸਾ। ਲੀਨਿੰਗ ਟਾਵਰ ਪੀਸਾ, ਪੀਸਾ, ਪੀਸਾ। ਅੱਜ ਸਾਰਾ ਦਿਨ ਬਹੁਤ ਵਧੀਆ ਨਿਕਲਿਆ ਸਾਡਾ, ਗਏ ਤਾਂ ਵੈਸੇ ਦੋ ਥਾਂ ਤੇ ਹੀ ਆ, ਪਰ ਚਲੋ ਜਿੰਨਾ ਵੀ ਸੀ ਬਹੁਤ ਫਨ ਕੀਤਾ, ਬਹੁਤ ਮਜ਼ਾ ਆਇਆ।
ਤੇ ਫਿਲਹਾਲ ਆਪਣੇ ਕੈਮਰੇ ਜਿਹੜੀ ਬੈਟਰੀ ਆ ਬਸ ਘੁੰਮਣਾ ਹੈ ਉਹ ਦਮ ਤੋੜ ਚੁੱਕੀ ਆ ਥੋੜੀ ਜਿਹੀ ਜਾਨ ਬਚੀ ਆ ਸੋ ਆਪਾਂ ਇੱਥੇ ਵੀਡੀਓ ਨੂੰ ਐਂਡ ਕਰਦੇ ਹਾਂ ਮਤਲਬ ਕਿ ਮਜਬੂਰੀ ਆ ਜੇ ਤਾਂ ਸਾਰਾ ਕੁਝ ਦਿਖਾਉਣਾ ਸੀ ਚਲੋ ਕੱਲ੍ਹ ਨੂੰ ਜਿੱਥੇ ਵੀ ਗਏ ਕੱਲ੍ਹ ਨੂੰ ਵੀ ਤੁਹਾਨੂੰ ਵੀਡੀਓ ਬਹੁਤ ਵਧੀਆ ਦੇਖਣ ਨੂੰ ਮਿਲੂਗੀ ਅਤੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਕਰਦੇ ਐਂਡ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਅਤੇ ਅੱਗੇ ਆਈਫਲ ਟਾਵਰ ਵੀ ਹੈਗਾ ਉਹ ਥੋੜ੍ਹਾ ਦੂਰ ਹੈ ਚਲੋ ਕੋਈ ਗੱਲ ਨਹੀਂ ਸੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਕਮੈਂਟ ਦੱਸਦੇ ਰਿਹਾ ਕਰੋ ਵੀ ਵੀਡੀਓ ਕਿੱਦਾਂ ਦੀ ਲੱਗੀ ਅਤੇ ਕਿੱਦਾਂ ਦੀ ਹੋਰ ਆਉਣੀ ਚਾਹੀਦੀ ਆ ਤੁਹਾਡੇ ਜਿੱਦਾਂ ਵੀ ਤੁਸੀਂ ਦੱਸਿਆ ਕਰੋਗੇ ਉੱਦਾਂ ਦੇ ਆਪਾਂ ਹੋ ਜਾਵਾਂਗੇ ਅਤੇ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਟਾਟਾ ਥੈਂਕ ਯੂ ਜੀ ਇਹ ਆ ਗਿਆ ਤੁਹਾਡਾ ਆਈਫਲ ਟਾਵਰ ਅਤੇ ਸਾਹਮਣੇ ਤੁਸੀਂ ਆ ਦੇਖ ਸਕਦੇ ਹੋ ਸਾਰਾ ਵਿਊ ਮੈਂ ਕਿਹਾ ਜਾਂਦਿਆਂ ਦੇ ਚਲੋ ਜਿੰਨਾ ਕੁ ਵੀ ਦਮ ਬਚਿਆ ਬੈਟਰੀ ਦੇ ਵਿੱਚ ਆਪਾਂ ਦੇਖਾਉਂਦੇ ਜਾਈਏ